ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਹਿਮਾਚਲ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਏਰੀਅਰ ਦੀ ਅਦਾਇਗੀ ਦੇਣ ਦੇ ਲਈ ਇੱਕ ਵੱਡੇ ਹੁਕਮ ਜਿਹੜੇ ਨੇ ਜਾਰੀ ਕੀਤੇ ਨੇ ਸੋ ਆਓ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਕਿ ਹਿਮਾਚਲ ਸਰਕਾਰ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਏਰੀਅਰ ਦੀ ਅਦਾਇਗੀ ਜਿਹੜੀ ਹੈ ਕਿਸ ਤਰ੍ਹਾਂ ਕਰਨ ਜਾ ਰਹੇ ਹੈ ਤਦੋ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ 4 ਮਾਰਚ ਦੇ ਇਸ ਆਰਡਰ ਦੇ ਵਿੱਚ ਹਿਮਾਚਲ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਰਿਵਾਈਜ਼ ਪੇ ਸਕੇਲਾਂ ਦਾ ਜਿਹੜਾ ਏਰੀਅਰ ਹੈ ਉਹ ਦੇਣ ਦਾ ਐਲਾਨ ਕਰ ਦਿੱਤਾ ਹੈ। ਦੋਸਤੋ ਇਸ ਪੱਤਰ ਦੇ ਵਿੱਚ ਹਿਮਾਚਲ ਸਰਕਾਰ ਵੱਲੋਂ ਇੱਕ ਵੱਖਰੇ ਤਰੀਕੇ ਦੇ ਨਾਲ ਇਸ ਏਰੀਅਰ ਦੀ ਅਦਾਇਗੀ ਕਰਨ ਦਾ ਜਿਹੜਾ ਹੈ ਉਹ ਪੱਤਰ ਜਾਰੀ ਕੀਤਾ ਹੈ ਮੈਂ ਦੱਸਦਾ ਕਿ ਇਸ ਪੱਤਰ ਦੇ ਵਿੱਚ ਜਿੱਥੇ 1-1 2016 ਦੇ ਜਿਹੜੇ ਪੇ ਸਕੇਰ ਰਵਾਈਸ ਹੋਏ ਨੇ ਜੋ ਕਿ ਪੰਜਾਬ ਦੇ ਵਿੱਚ ਵੀ ਹੋਏ ਨੇ ਉਸ ਏਰੀਆ ਦੇ ਸਕੇਲਾਂ ਦਾ ਜਿਹੜਾ ਏਰੀਆ ਰ ਹੈ ਉਸ ਨੂੰ ਦੇਣ ਦਾ ਜਿਹੜਾ ਹੈ ਐਲਾਨ ਕੀਤਾ ਔਰ ਇਸ ਦੇ ਨਾਲ ਹੀ ਇੱਕ 4% ਦੀ ਡੀਏ ਦੀ ਕਿਸ਼ਤਾ ਜਿਹੜਾ ਐਲਾਨ ਕੀਤਾ ਗਿਆ ਸੀਗਾ ਵਿਧਾਨ ਸਭਾ ਦੇ ਵਿੱਚ ਹਿਮਾਚਲ ਸਰਕਾਰ ਵੱਲੋਂ 17 2022 ਤੋਂ ਉਸ ਦਾ ਏਰੀਆ ਦੇਣ ਦਾ ਐਲਾਨ ਵੀ ਜਿਹੜਾ ਹੈ ਇਸ ਪੱਤਰ ਦੇ ਵਿੱਚ ਕੀਤਾ ਗਿਆ ਔਰ ਟੰਗ ਤਰੀਕਾ ਵੀ ਲਿਖਿਆ ਹੈ ਸਭ ਤੋਂ ਪਹਿਲਾਂ ਮੈਂ ਦੱਸਣਾ ਕਿ ਟੋਟਲ ਜਿਹੜਾ ਏਰੀਆ ਰ ਹੈ ਪੇ ਸਕੇਲਾਂ ਦਾ ਉਸ ਦਾ 1.5% ਟੋਟਲ ਏਰੀਅਰ ਦਾ ਜਿਹੜਾ 1.5% ਹੈ ਉਹ ਮਾਰਚ ਮਹੀਨੇ ਦੇ ਵਿੱਚ ਜਿਹੜਾ ਹੈ ਅਦਾ ਕੀਤਾ ਜਾਵੇਗਾ ਔਰ ਉਸ ਤੋਂ ਬਾਅਦ ਹਰ ਸਾਲ ਟੋਟਲ ਏਰੀਅਰ ਦਾ ਜਿਹੜਾ 3% ਹਿੱਸਾ ਹੈ ਉਹ ਹਰ ਸਾਲ ਦਿੱਤਾ ਜਾਵੇਗਾ ਔਰ ਇਸ ਦੀ ਸ਼ੁਰੂਆਤ April ਮਹੀਨੇ ਦੇ ਵਿੱਚ ਹੋਵੇਗੀ ਔਰ 0.25% ਜਿਹੜਾ ਏਰੀਅਰ ਦਾ ਉਹ April ਮਹੀਨੇ ਤੋਂ ਦੇਣਾ ਜਿਹੜਾ ਹੈ ਸਰਕਾਰ ਸ਼ੁਰੂ ਕਰ ਦੇਵੇਗੀ ਦੋਸਤੋ ਇਸ ਨੂੰ ਸਮਝ ਲੈ ਲਿਆ ਕਿ ਮੰਨ ਲੀਏ ਕਿ ਜੇਕਰ ਤੁਹਾਡਾ ਜਿਹੜਾ ਟੋਟਲ ਏਰੀਅਰ ਹੈ ਪੇਸਕੇਲਾਂ ਦਾ 1 ਲੱਖ ਰੁਪਇਆ ਬਣਦਾ ਹੈ ਉਦਾਹਰਣ ਦੇ ਤੌਰ ਤੇ ਲੈ ਰਹੇ ਹਾਂ ਤਾਂ 1.5% ਯਾਨੀ ਕਿ 1500 ਰੁਪਏ ਜਿਹੜਾ ਮਾਰਚ ਮਹੀਨੇ ਦੇ ਵਿੱਚ ਔਰ ਉਸੇ ਤਰ੍ਹਾਂ ਹੀ 3% ਯਾਨੀ ਕਿ 3000 ਰੁਪਏ ਹਰ ਸਾਲ ਦਿੱਤਾ ਜਾਵੇਗਾ ਔਰ ਹਰ ਮਹੀਨੇ 0.25% ਉਸ ਏਰੀਅਰ ਦਾ ਦਿੱਤਾ ਜਾਵੇਗਾ ਔਰ ਇਹ ਏਰੀਅਰ ਉਦੋਂ ਤੱਕ ਜਿਹੜਾ ਹੈ ਤੁਹਾਡੀ ਤਨਖਾਹ ਦੇ ਵਿੱਚ ਜਾਂ ਫਿਰ ਪੈਨਸ਼ਨ ਦੇ ਵਿੱਚ ਮਿਲਣਯੋਗ ਹੋਵੇਗਾ ਜਦੋਂ ਤੱਕ ਇਹ ਏਰੀਅਰ ਜਿਹੜਾ ਉਹ ਸਮਾਪਤ ਨਹੀਂ ਹੋ ਜਾਂਦਾ ਔਰ ਇਸਨ ਵਾਲੀ ਜਿਹੜਾ ਡੀਏ ਦਾ ਏਰੀਆ ਰ ਹੈ 4% ਡੀਏ ਦਾ ਉਸ ਨੂੰ ਵੀ ਦੇਣ ਦਾ ਜਿਹੜਾ ਢੰਗ ਤਰੀਕਾ ਲਿਖਿਆ ਕਿ 1.5% ਹਰ ਮਹੀਨੇ ਤਨਖਾਹ ਦੇ ਨਾਲ ਇਸ ਦੀ ਅਦਾਇਗੀ ਕੀਤੀ ਜਾਵੇਗੀ ਸੋ ਦੋਸਤੋ ਹਿਮਾਚਲ ਸਰਕਾਰ ਨੇ ਇਸ ਪੱਤਰ ਦੇ ਨਾਲ ਉਹ ਤਰੀਕੇ ਜਿਹੜੇ ਨੇ ਉਹ ਆਇਡੈਂਟੀਫਾਈ ਕੀਤੇ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਵੱਡੀ ਰਕਮ ਜਿਹੜੀ ਬਕਾਇਆ ਪਈ ਹੈ ਉਹ ਆਪਣੇ ਬਲਾਜ਼ਮ ਅਤੇ ਪੈਨਸ਼ਨਾਂ ਨੂੰ ਅਦਾ ਕੀਤੀ ਜਾਵੇ ਔਰ ਉਸ ਲਈ ਹਰ ਮਹੀਨੇ ਕੁਝ ਹਿੱਸਾ ਜਿਹੜਾ ਹੈ ਏਰੀਅਰ ਦਾ ਤਨਖਾਹ ਤੇ ਪੈਨਸ਼ਨ ਦੇ ਨਾਲ ਦੇਣ ਦਾ ਵਾਅਦਾ ਕੀਤਾ ਹੈ ਜਦ ਤੱਕ ਏਰੀਅਰ ਜਿਹੜਾ ਸਮਾਪਤੀ ਹੁੰਦਾ ਹੈ ਨੇ ਹਿਮਾਚਲ ਸਰਕਾਰ ਵੱਲੋਂ ਜਿਹੜੀ ਵੱਡੀ ਪੰਡ ਏਰੀਅਰ ਦੀ ਉਸ ਨੂੰ ਦੇਣ ਦਾ ਜਿਹੜਾ ਹੈ ਇੱਕ ਕਦਮ ਜਿਹੜਾ ਹੈ ਜ਼ਰੂਰ ਚੁੱਕਿਆ ਔਰ ਆਸ ਇਹੀ ਹੋਵੇਗੀ ਕਿ ਇਸ ਤਰ੍ਹਾਂ ਦਾ ਕੋਈ ਵੀ ਤਰੀਕਾ ਜਿਹੜਾ ਹੈ ਹੋਰ ਸਰਕਾਰਾਂ ਜਾਂ ਫਿਰ ਪੰਜਾਬ ਸਰਕਾਰ ਵੀ ਚੁੱਕੇ ਤੇ ਇੱਕ ਇੱਕ 2016 ਤੋਂ ਜਿਹੜਾ ਬਕਾਇਆ ਪਿਆ ਮਲਾਜ਼ਮਾਂ ਦਾ ਜਾਂ ਫਿਰ ਡੀਏ ਦਾ ਜਿਹੜਾ ਬਕਾਇਆ ਹੈ ਉਹ ਵੀ ਜਿਹੜਾ ਹੈ ਜਲਦ ਜਾਰੀ ਕੀਤਾ ਜਾਵੇ। ਸੋ ਆਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ। ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ। ਬਸ ਇਸੇ ਤਰ੍ਹਾਂ ਹੀ ਜੁੜੇ ਰਹੋ। ਇਸੇ ਤਰ੍ਹਾਂ ਹੀ ਸਾਡਾ ਹ